ਅਤੇ ਅਸੀਂ ਆਪਣੇ ਘਰ ਬੈਠ ਕੇ ਇੰਜੋਏ ਕਰਦੇ ਪਏ ਸੀਗੇ ਵੀ ਸਾਨੂੰ ਨਹੀਂ ਪਤਾ ਵੀ ਮੁੰਡੇ ਕਿੱਥੋਂ ਆਏ ਕਿੱਦਾਂ ਨਹੀਂ ਆਉਂਦੇ, ਸਾਡੇ ਉੱਤੇ ਹਮਲਾ ਕੀਤਾ, ਸਾਨੂੰ ਤਾਂ ਵੀ ਨਹੀਂ ਪਤਾ ਲੱਗਿਆ ਵੀ ਹੈ ਮੁੰਡੇ ਕਿਹੜੇ, ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਵੀ ਜਾਣ ਕੇ ਹੁਣ ਤਾਂ ਲੋਕੀ ਦੱਸਦੇ ਪਏ ਮੁੰਡੇ ਦਾ ਨਾਂ ਇਹ ਆ ਬਣਾਉਣਾ ਅਤੇ ਬੜਾ, ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਮੁੰਡੇ ਹੈ ਕਿਉਂ ਆਏ ਆ ਕਦ ਲਈ ਆਏ ਆ। ਕਿੰਨੇ ਕੁ ਵਜੇ ਦਾ ਟਾਈਮ ਸੀ ਜਦੋਂ ਮੁੰਡੇ ਨੇ ਹਮਲਾ ਕੀਤਾ? ਕਿੰਨੇ ਕੁ ਮੁੰਡੇ ਸੀ ਉਹ? ਦੋ ਮੁੰਡੇ ਸੀਗੇ, ਛੁਰਾ ਸੀਗਾ। ਅੱਛਾ ਜੀ, ਆ ਕੇ ਫਿਰ ਉਹਨੇ ਇਹੀ ਪੁੱਛਿਆ ਵੀ ਭਾਈ ਤੁਸੀਂ ਇੱਥੇ ਕੀ ਕਰਦੇ ਪਏ ਸਾਡੇ ਘਰ ਦੇ ਮੁੰਡੇ? ਬਸ ਆ ਕੇ ਉਹਨਾਂ ਨੇ ਕੁਛ ਨੀ ਪੁੱਛਿਆ, ਆ ਕੇ ਮਾਰਨਾ ਸ਼ੁਰੂ ਕਰ ਦਿੱਤਾ। ਨਹੀਂ ਉਹ ਕੀ ਕਰਦੇ ਸੀ ਜਿਹੜੇ ਆ ਕੇ ਤੁਹਾਨੂੰ ਉਹਨਾਂ ਨੇ ਹਮ ਕੱਢਿਆ ਛੁਰਾ, ਕੱਢ ਕੇ ਛੁਰਾ ਸਾਡੇ ਤਿੰਨ ਚਾਰ ਪੰਜ ਦਵਾਰ ਸ਼ੁਰੂ। ਕਿੰਨੇ ਕੁ ਮੁੰਡੇ ਹੈਗੇ ਸੀ ਉਹ? ਦੋ ਮੁੰਡੇ ਸੀਗੇ, ਦੋ ਮੁੰਡੇ ਆਪਣਾ ਮਾਰ ਕੇ ਇੱਦਾਂ ਭੱਜਿਆ ਵੀ ਬਹੁਤ ਕੁਛ ਭਜਾ ਕੇ ਲੈ ਗਏ। ਕਿਸ ਚੀਜ਼ ਨਾਲ ਹਮਲਾ ਕੀਤਾ ਉਹਨਾਂ ਨੇ ਤੁਹਾਡੇ ਤੇ? ਜਿਹੜੇ ਬੱਕਰਾ ਨਹੀਂ ਵੱਢਦੇ ਸੀ, ਮੁਰਗਾ ਵੱਢਦੇ ਆ, ਜਿਹਨਾਂ ਨਾਲ ਛੁਰਾ ਪੀ ਕਹਿੰਦੇ ਉਹਨਾਂ ਨੂੰ ਬੰਦਾ ਸਾਹ। ਕਿੰਨੇ ਕੁ ਬੰਦੇ ਸੱਟਾਂ ਲੱਗੀਆਂ ਤੁਹਾਡੇ ਜਿਹੜੇ ਇਸ ਟਾਈਮ ਮੌਕੇ ਤੇ? ਅਸੀਂ ਤਾਂ ਆਪਣਾ, ਸਾਨੂੰ ਤਾਂ ਪਤਾ ਨਹੀਂ ਸੀਗਾ ਵੀ ਇਹ ਕੰਮ ਵਾਸਤੇ ਆਏ ਆ, ਜਾਂ ਛੁਰਾ ਮਾਰਨ ਵਾਸਤੇ ਆਏ, ਜਾਂ ਕਾਹਦੇ ਵਾਸਤੇ ਆਏ। ਸਾਨੂੰ ਇਹ ਪਹਿਲਾਂ ਵੀ ਕੋਈ ਇੱਦਾਂ ਦਾ ਵਾਕਿਆ ਹੋਇਆ, ਕੋਈ ਹਮਲਾ ਹੋਇਆ ਪਹਿਲਾਂ ਵੀ? ਤੁਸੀਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਕੋਈ ਇਤਲਾਹ ਦਿੱਤੀ ਇਸ ਬਾਰੇ? ਪੁਲਿਸ ਖੁਦ ਖਾਂਦੀ ਆ, ਮੈਨੂੰ ਦੱਸੋ ਕਿਹੜੀ ਪੁਲਿਸ? ਮੈਂ ਕਹਿੰਦਾ ਮੈਂ ਪੁਲਿਸ ਭਾਈ, ਮੈਂ ਕਹਿੰਦਾ ਕਿਹੜੀ ਪੁਲਿਸ ਲਿਆ? ਮੈਂ ਸਾਰੇ ਖੁਦ ਚਿੱਟੇ ਵਾਲੇ ਆਪ ਲਿਆ ਕੇ ਦਿੰਦੇ ਨੇ ਪੁਲਿਸ ਵਾਲੇ। ਮੈਂ ਤੋਂ ਬਾਅਦ ਦਿਖਾਨਾ ਭਾਈ, ਮੈਂ ਖੁਦ ਪੜਾਣਾ ਇਹਨਾਂ ਨੂੰ। ਇਹ ਮੈਨੂੰ ਖੁਦ ਕਹਿੰਦੇ ਨੇ, ਕਹਿੰਦੇ ਚਿੱਟਾ ਚਿੱਟੇ ਵੀ ਨਾਲੇ ਆਪੇ ਮਰ ਜਾਣਗੇ। ਇਹ ਕਿਉਂ ਮਰ ਜਾਣਗੇ? ਪੁਲਿਸ ਕੀ ਕਰਦੀ ਇਹਨਾਂ ਦਾ ਫਿਰ? ਜੇ ਚਿੱਟੇ ਵਾਲੇ ਏਦਾਂ ਹੀ ਮਰ ਜਾਣਗੇ, ਪੁਲਿਸ ਕੀ ਕਿਉਂ ਤਨਖਾਹ ਲੈ ਰਹੀ ਹੈ? ਕਾਹਦੇ ਵਾਸਤੇ ਲੈ ਰਹੀ ਤਨਖਾਹ? ਇਹ ਫਿਰ ਸਾਡਾ ਇਹਨਾਂ ਦਾ ਕਹਿਣਾ ਮਤਲਬ ਇਹ, ਇਹ ਕਈ ਵਾਰ ਥਾਣੇ ਗਏ ਚੁੱਕੇ, ਜਾ ਚੁੱਕੇ ਆ, ਚਾਰ ਵਾਰੀ ਪੰਜ ਵਾਰੀ ਥਾਣੇ ਗਏ। ਇਹ ਗੱਲਬਾਤ ਆ ਕਿ ਸਾਡੇ ਇੱਥੇ ਆਉਂਦੇ ਆ ਵੀ ਏਦਾਂ ਦੇ ਚਿੱਟਾ ਪੀਂਦੇ ਆ, ਜਾਂ ਜੋ ਗਲੀ ਤੰਗ ਕਰ ਸਾਨੂੰ ਤੰਗ ਕਰਦੇ ਆ, ਸਾਰੇ ਗੈਂਗਸਟਰ ਨੇ ਉਹੀ ਆਉਂਦੇ ਇੱਥੇ, ਸੁਣਾਈ ਕੁਛ ਨਹੀਂ ਕਰਦੇ ਬਸ ਸਾਡੇ। ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਇਸ ਟਾਈਮ ਉੱਚੇ ਅਧਿਕਾਰੀਆਂ ਤੋਂ? ਪ੍ਰਸ਼ਾਸਨ ਤੋਂ ਇਹ ਨਹੀਂ ਮੰਗਦਾ ਵੀ ਜਿਹੜੇ ਬੰਦੇ ਆਏ ਆ, ਜਿਹੜੇ ਬੰਦੇ ਆਏ ਆ ਵੀ ਸਾਡੇ ਕੋਲ ਆ ਕੇ ਸਾਨੂੰ ਦੱਸਣ, ਸਾਡੀ ਕਾਰਨ ਦੱਸੇ ਵੀ ਕੀ ਗੱਲਬਾਤ ਆ। ਅਸੀਂ ਤੋਂ ਥੋੜੀ ਸਾਡੀ ਲੜਾਈ ਹੈ ਵੀ ਤੁਹਾਡੇ ਸਾਡੇ ਇਹ ਕੰਮ ਤੁਹਾਡਾ ਤਾਂ ਕੀਤਾ ਵੀ ਸਾਡੀ ਇਹ ਗੱਲਬਾਤ ਆ। ਤੁਸੀਂ ਉਹ ਮੁੰਡਿਆਂ ਨੂੰ ਜਾਣਦੇ ਜਿਨ੍ਹਾਂ ਨੇ ਤੁਹਾਡੇ ਨੂੰ ਜਾਣਦੇ? ਸਾਨੂੰ ਤਾਂ ਬਿਲਕੁਲ ਨਹੀਂ ਜਾਣਦੇ ਜੀ। ਠੀਕ ਹੈ, ਬਾਹਲੀ ਸਰਕਾਰ ਆਵੇ ਸਿਵਲ ਸਾਨੂੰ ਆਉਣਾ ਪਿਆ ਜੀ। ਅਸੀਂ ਬੱਚੇ ਆ ਸਾਰੇ, ਆਪਣੇ ਮਿਸਤਰੀ ਲੱਗੇ ਨੇ ਸਾਡੇ ਘਰ, ਬਾਹਰ ਇੱਟਾਂ ਰੋੜਾ ਪੈ ਰਿਹਾ, ਉੱਥੇ ਬੈਠ ਕੇ ਕੰਮ ਕਰ ਰਹੇ ਨੇ। ਇਹ ਗਏ ਨੇ ਰੋਕਣ ਵਾਸਤੇ, ਪਤਾ ਨਹੀਂ ਉਹਨਾਂ ਨੇ ਅੱਗੋਂ ਕਿੱਥੋਂ ਹਥਿਆਰ ਕੱਢੇ ਨੇ, ਕਿੱਥੋਂ ਨਹੀਂ ਕੱਢੇ। ਇਹਨਾਂ ਦਵਾ ਮਾਰਨੇ ਸ਼ੁਰੂ ਕਰਕੇ, ਜਦ ਬੱਚਿਆਂ ਨੇ ਰੌਲਾ ਪਾਇਆ ਹੈਗਾ, ਸਿਗਲੀ ਕਰਾਂ ਦੇ ਬੱਚੇ ਨੇ ਸਾਡੇ ਕੋਲ, ਉਹਨਾਂ ਨੇ ਰੌਲਾ ਪਾ, ਅਸੀਂ ਭੱਜ ਕੇ ਤਾਂ ਆਣ ਕੇ ਦੇਖਿਆ ਹੈਗਾ। ਕਿੰਨੇ ਕੁ ਮੁੰਡੇ ਸੀਗੇ ਉਹ? ਇੱਦਾਂ ਬਸ ਗਰੁੱਪ 'ਚ ਕੋਈ ਪਤਾ ਨਹੀਂ ਲੱਗਿਆ ਕਿੰਨੇ ਵੀ ਸੀਗੇ, ਹਥਿਆਰ ਦੋ ਤਿੰਨ ਬੰਦਿਆਂ ਕੋਲ। ਹਥਿਆਰ ਦੋ ਬੰਦਿਆਂ ਕੋਲ ਸੀਗੇ। ਕਿਸ ਚੀਜ਼ ਨਾਲ ਹੈ, ਕੀ ਸੀ ਉਹਨਾਂ ਕੋਲ ਤਿਆਰ, ਕਿਹੜੇ ਹਥਿਆਰ? ਤੁਹਾਨੂੰ ਹਮਲਾ ਕਰਨ ਦਾ ਕਾਰਨ ਕੀ ਸੀ ਜੇ ਤੁਹਾਡੇ ਤੇ ਆ ਗਏ? ਤੁਸੀਂ ਪੁੱਛਦੇ ਹੋ ਸਾਡੇ ਨਾਲ ਹਮਲਾ ਕੀਤਾ ਕਹਿੰਦੇ ਵਾਸਤੇ? ਅਸੀਂ ਦੋ ਰਾ ਕੇ ਜਗ੍ਹਾ ਲੈ ਕੇ ਉੱਥੇ ਮਕਾਨ ਪਾ ਰਹੇ ਹਾਂ।